ਸਤਿ ਸ਼੍ਰੀ ਅਕਾਲ ਦੋਸਤੋ, ਜੇਕਰ ਗੱਡੀ ਰੈਂਟ 'ਤੇ ਲੈਣੀ ਆ ਜਾਂ ਡੋਲੀ ਵਾਲੀ ਕਾਰ ਲੈਣੀ ਆ ਨਾ, ਤਾਂ ਸੁਪਰੀਮ ਕਾਰ ਬਰਨਾਲਾ ਵਾਲਿਆਂ ਦਾ ਨੰਬਰ ਨੋਟ ਕਰ ਲਿਓ, ਕਿਉਂਕਿ ਬਾਈ ਹੋਰਾਂ ਕੋਲ ਗੱਡੀਆਂ ਵੀ ਸਿਰੇ ਦੀਆਂ ਨੇ, ਜਮਾਂ ਨਵੀਂ ਲੈ ਲਿਓ, ਜਿਹੜੀ ਤੁਸੀਂ ਮੂੰਹੋਂ ਬੋਲਤੀ ਉਹੀ ਗੱਡੀ ਪ੍ਰੋਵਾਈਡ ਕਰ ਦੇਣਗੇ। ਅਤੇ ਸਭ ਤੋਂ ਵੱਡੀ ਗੱਲ ਹੈ, ਰੇਂਜ ਬਾਈ ਹੋਰਾਂ ਕੋਲ ਬਹੁਤ ਹੈਗੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ, ਸੁਪਰੀਮ ਕਾਰ ਬਰਨਾਲਾ, ਹਾਂਜੀ, ਅਤੇ ਕਿਹੜੇ ਕਿਹੜੇ ਆਪਣੇ ਕੋਲ ਗੱਡੀਆਂ ਨੇ ਅਤੇ ਕਿਹੜੇ ਕਿਹੜੇ ਆਪਾਂ ਜਿਵੇਂ ਰੈਂਟ ਦੀ ਹੋ ਗਈ ਜਾਂ ਡੋਲੀ ਵਾਲੀ, ਕਿਹੜੀ ਕਿਹੜੀ ਸਰਵਿਸ ਹੈ? ਗੱਡੀਆਂ ਤਾਂ ਬਾਈ ਜਿਹੜੀ ਵੀ ਤੁਹਾਨੂੰ ਚਾਹੀਦੀ ਹੋਵੇ ਇੱਕ ਵਾਰੀ ਕਾਲ ਕਰ ਲਿਓ, ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਉਹੀ ਗੱਡੀ ਪ੍ਰੋਵਾਈਡ ਕਰਾ ਕੇ ਦਈਏ, ਹੈ ਨਾ ਬਾਈ? ਠੀਕ ਆ ਬਾਈ। ਅਤੇ ਜਿਵੇਂ ਆਪਣੇ ਕੋਲ ਆਪਦੇ ਕੋਲ ਜਿਹੜੀਆਂ ਗੱਡੀਆਂ ਨੇ, ਜੀ ਬਾਈ, ਸਕਾਰਪੀਓ, ਥਾਰ, ਫੋਰਚੂਨਰ, ਨੋਵਾ ਅਤੇ ਕਰੇਟਾ ਜੀ, ਅਤੇ ਡਿਜ਼ਾਇਰ, ਜਿਹੜੀ ਵੀ ਗੱਡੀ ਆਪਣੇ ਕੋਲ ਇੱਥੇ ਤੁਹਾਨੂੰ ਵੀਡੀਓ 'ਚ ਦੇਖਣੀ ਤਾਂ ਆਪਣੇ ਕੋਲ ਆਪਦੀਆਂ ਗੱਡੀਆਂ ਹਾਜ਼ਰੀ ਖੜੀਆਂ, ਛੋਟੀਆਂ ਰੇਂਜ ਰੋਵਰਾਂ, ਇਹ ਡੋਲੀਆਂ ਵਾਸਤੇ ਰੇਂਜ ਰੋਵਰ, ਜੈਗੁਆਰ, ਜੀ ਵੈਗਨ ਵੀ ਆਪਾਂ ਪ੍ਰੋਵਾਈਡ ਕਰਾ ਦਾਂਗੇ ਬਾਈ। ਠੀਕ ਜਿਹੜੀ ਵੀ ਗੱਡੀ ਡੋਲੀ ਵਾਸਤੇ ਚਾਹੀਦੀ ਹੋਵੇ ਇੱਕ ਵਾਰੀ ਤੁਸੀਂ ਕਾਲ ਕਰ ਲਓ, ਗੱਡੀ ਜਿਹੜੀ ਵੀ ਚਾਹੀਦੀ ਇੱਕ ਵਾਰੀ ਪੁੱਛ ਲਓ, ਤੁਹਾਨੂੰ ਉਹੀ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਾਈ। ਠੀਕ ਆ ਬਾਈ ਜੀ। ਹਾਂਜੀ ਬਾਈ, ਜੇ ਹੁਣ ਪਹਿਲਾਂ ਨਾ ਆਪਾਂ ਗੱਲ ਕਰੀਏ ਰੈਂਟ ਵਾਲੀਆਂ ਗੱਡੀਆਂ, ਹਾਂਜੀ ਬਾਈ, ਰੈਂਟ ਵਾਲਿਆਂ ਦਾ ਜੇ ਸਭ ਤੋਂ ਵੱਧ ਪਹਿਲਾਂ ਤਾਂ ਚੱਲ ਕਿਹੜੀ ਰਹੀ ਹੈਗੀ? ਠੀਕ ਹੈ, ਡਿਮਾਂਡ ਕਿਹੜੀ ਹੈ ਬਾਹਰਲਿਆਂ ਦੀ? ਸਭ ਤੋਂ ਵੱਧ ਸਕਾਰਪੀਓ ਬਲੈਕ ਕਲਰ ਜੀ। ਬਲੈਕ ਕਲਰ, ਬਲੈਕ ਕਲਰ ਉਹ ਵੀ ਆਪਣੇ ਕੋਲ ਖੜੀਆਂ ਨੇ, ਮਤਲਬ ਤਿੰਨ ਤਾਂ ਉਹ ਖੜੀਆਂ ਨੇ, ਹੈ ਨਾ? ਤਿੰਨ ਇੱਥੇ ਖੜੀਆਂ, ਬਾਕੀ ਦੋ ਗੱਡੀਆਂ ਗਈਆਂ ਹੋਈਆਂ ਜੀ। ਠੀਕ ਹੈ ਜੀ। ਹਾਂਜੀ ਬਾਈ, ਫਿਰ ਆ ਜਾਂਦੇ ਫੋਰਚੂਨਰ ਆ ਬਾਈ? ਫਿਰ ਆ ਜਾਂਦੀ ਹੈ ਫੋਰਚੂਨਰ ਜੀ। ਠੀਕ ਹੈ ਜੀ। ਹਾਂਜੀ, ਤੇ ਗੱਡੀ ਜਮਾਂ ਤਾਜ਼ੀ ਲੈਣੀ ਆ ਜਮਾਂ ਬਾਈ? ਜਮਾਂ ਬਾਈ ਓਕੇ ਹੋਊ ਗੱਡੀ ਦੀ, ਕੋਈ ਦਿੱਕਤ ਨਹੀਂ ਹੋਊ ਗੱਡੀ, ਜੇ ਤੁਹਾਨੂੰ ਜਿਵੇਂ ਸਕਾਰਪੀਓ 2024 ਮਾਡਲ ਵੀ ਆਪਣੇ ਕੋਲ ਬਾਈ, ਠੀਕ ਹੈ, ਬਾਕੀ ਆਪਣੀਆਂ ਗੱਡੀਆਂ ਮੂਹਰੇ ਨਵੀਆਂ ਵੀ ਆਉਣੀਆਂ ਬਾਈ, ਠੀਕ ਉਹ ਗੱਡੀਆਂ ਵੀ ਦੇ ਦਾਂਗੇ ਆਪਾਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਬਾਈ ਜਿਹੋ ਜਿਹੀ ਕੋਈ ਮਾਡਲ ਹੋਊਗਾ, ਉਹੋ ਜਿਹਾ ਉਹਦਾ ਰੈਂਟ ਹੋਊਗਾ। ਠੀਕ ਹੈ, ਸਕਾਰਪੀਓ ਗੱਡੀ ਬਾਈ 2025 ਤੋਂ ਸਟਾਰਟ ਹੋ ਕੇ, ਠੀਕ ਹੈ ਜੀ, ਉੱਪਰ ਨੂੰ ਜਿੰਨੇ ਮਾਡਲ ਵਾਲੀ ਆਪਾਂ ਲਵਾਂਗੇ ਉਹੀ ਮਿਲ ਜੂ ਬਾਈ। ਜੀ ਬਾਈ, ਹੁਣ ਗੱਲ ਆ ਜਾਂਦੀ ਹੈ ਕੰਡੀਸ਼ਨ ਦੀ, ਆ ਜਾਓ ਵੀ ਅੱਗੇ ਨਾਲ ਨਾਲ ਗੱਡੀਆਂ ਵੀ ਦਿਖਾ ਦਈਏ। ਦੇਖੋ ਫੋਰਚੂਨਰਾਂ, ਚਿੱਟੀਆਂ ਸਕਾਰਪੀਓ, ਕਾਲੀਆਂ ਸਕਾਰਪੀਓ, ਇੱਧਰ ਥਾਰ ਖੜੀਆਂ ਨੇ ਬਾਈ, ਕੰਡੀਸ਼ਨ ਕੀ ਆਉਂਦੀ ਹੈ? ਜੇ ਹੁਣ ਮੰਨ ਲਓ ਮੈਂ ਆਉਣਾ ਨਵੰਬਰ 'ਚ, ਹਾਂਜੀ, ਤੇ ਮੈਂ ਅੱਜ ਗੱਡੀ ਬੁੱਕ ਕਰ ਲਈ, ਹਾਂਜੀ, ਕੀ ਕੰਡੀਸ਼ਨ ਹੋਣਾ ਇਹਦੇ ਵਾਸਤੇ ਆਪਾਂ? ਕੁਛ ਵੀ ਕੰਡੀਸ਼ਨ ਨਹੀਂ ਬਾਈ, ਬਹੁਤ ਹੀ ਛੋਟਾ ਜਿਹਾ ਪੇਪਰ ਵਰਕ ਆ। ਤੁਸੀਂ ਸਭ ਤੋਂ ਪਹਿਲਾਂ ਤਾਂ ਕਾਲ ਕਰੋ ਸਾਨੂੰ, ਗੱਡੀ ਦੀ ਤੁਸੀਂ ਟੋਕਨ ਮਨੀ ਪਾ ਦਿਓ ਵੀ ਗੱਡੀ ਤੁਹਾਡੀ ਬੁੱਕ ਹੋ ਜੂਗੀ। ਠੀਕ ਹੈ, 5000 10000 ਰੁਪਏ ਤੁਸੀਂ ਸਾਨੂੰ ਪਾ ਦਿਓ, ਅਸੀਂ ਤੁਹਾਡੀ ਗੱਡੀ ਬੁੱਕ ਕਰ ਲਾਂਗੇ। ਸਾਡੇ ਦਿਮਾਗ 'ਤੇ ਇਹ ਬੋਝ ਰਹੂਗਾ, ਤੁਸੀਂ ਆਉਣਾ ਨਾ ਆਉਣਾ, ਕਿਹੜੀ ਲੇਟ ਫਿੱਟ ਹੋ ਜਾਓ ਗੱਲ ਵੱਖਰੀ ਹੈ, ਪਰ ਸਾਡੇ ਦਿਮਾਗ 'ਤੇ ਇਹ ਬੋਝ ਰਹੂਗਾ ਜਦੋਂ ਸਾਡੇ ਕੋਲ ਬੁਕਿੰਗ ਆ ਗਈ ਵੀ ਅਸੀਂ ਤੁਹਾਨੂੰ ਗੱਡੀ ਦੇਣੀ ਆ, ਵੀ ਉਹ ਤਰੀਕ ਨੂੰ ਗੱਡੀ ਤੁਹਾਡੇ ਗੇਟ 'ਤੇ ਖੜੀ ਹੋਵੇ, ਤੁਹਾਡੇ 2 ਦਿਨ ਪਹਿਲਾਂ ਤੁਹਾਨੂੰ ਫੋਨ ਕਰਕੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਤੁਹਾਡੀ ਗੱਡੀ ਰੈਡੀ ਹੈ ਜੀ। ਠੀਕ ਹੈ ਜੀ। ਹਾਂਜੀ ਬਾਈ, ਅਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਤੁਹਾਨੂੰ ਦੋਸਤੋ ਕੋਈ ਜ਼ਿਆਦਾ ਕੁਛ ਨਹੀਂ ਕਰਨਾ, ਟੋਕਨ ਮਨੀ ਕਰਕੇ ਇੱਕ ਵਾਰ ਗੱਡੀ ਤੁਸੀਂ ਬੁੱਕ ਕਰ ਲਈ ਵੀ ਸਾਨੂੰ ਬਾਈ ਫੋਰਚੂਨਰ ਇੰਨਾ ਮਾਡਲ ਹੋ, ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਹਾਂਜੀ, ਅਤੇ ਉਸ ਤੋਂ ਬਾਅਦ ਤੁਹਾਡੀ ਫਿਕਰ ਖਤਮ ਆ, ਉਹ ਫਿਕਰ ਬਾਈ ਹੋ ਰਹਿੰਦੀ ਹੈ। ਹਾਂਜੀ, ਉਸ ਤੋਂ ਬਾਅਦ ਬਾਈ ਆ ਜਾਂਦੀਆਂ ਡੋਲੀ ਵਾਲੀਆਂ ਜਿਹੜੀਆਂ ਗੱਡੀਆਂ ਆ ਗਈਆਂ। ਹਾਂਜੀ ਬਾਈ, ਡੋਲੀ ਵਾਲੀਆਂ ਗੱਡੀਆਂ ਦੇ ਵਿੱਚ, ਕਿਉਂਕਿ ਜਿਹੜਾ ਜਦੋਂ ਵਿਆਹ ਹੁੰਦਾ ਜ਼ਿੰਦਗੀ 'ਚ ਇੱਕ ਵਾਰ ਹੋਣਾ, ਸ਼ੌਂਕ ਹੁੰਦਾ ਵੀ ਯਾਰ ਨਵੀਂ ਜੀ ਘੈਂਟ ਜੀ ਚੀਜ਼ ਲੈਣੀ ਆ। ਹਾਂਜੀ ਬਾਈ, ਮੇਹ ਬੈਕ ਆ ਗਈ ਤੇ ਬਾਈ ਹੋਰ ਬਹੁਤ ਨਵੇਂ ਨਵੇਂ ਜਿਹੜੇ ਮਾਡਲ ਨੇ, ਜਿਹੜੀ ਵੀ ਚਾਹੀਦੀ ਹੋਊ ਬਾਈ ਇੱਕ ਵਾਰੀ ਕਾਲ ਕਰ ਲਿਓ। ਆਪਾਂ ਕੀ ਇੱਥੇ ਗੱਡੀ ਆਪਣੇ ਕੋਲ ਅੱਜ ਵੀਡੀਓ 'ਚ ਖੜਾਉਣ ਵਾਸਤੇ ਆਪਣੀ ਗੱਡੀ ਹੈ ਨਹੀਂ ਕੋਈ, ਠੀਕ ਹੈ, ਗਈ ਵੀ ਆ ਗੱਡੀ ਜਾਂ ਕੋਈ ਦੂਰ ਖੜੀ ਸੀ ਗੱਡੀ, ਇੱਕ ਵਾਰੀ ਕਾਲ ਕਰ ਲਓ। ਜਿਹੜੀਆਂ ਜਿਵੇਂ ਇੱਥੇ ਹੁਣ ਰੇਂਜ ਰੋਵਰ, ਜੈਗੁਆਰ, ਆਡੀ, ਇਹ ਤਾਂ ਗੱਡੀਆਂ ਇੱਥੇ ਖੜੀਆਂ ਨੇ ਹਾਜ਼ਰ ਨਾ ਬਾਈ, ਇੱਕ ਵਾਰ ਤੁਸੀਂ ਕਾਲ ਕਰ ਲਓ, ਜਿਹੜੀ ਗੱਡੀ ਇੱਥੇ ਆਪਣੇ ਕੋਲ ਹਾਜ਼ਰ ਨਹੀਂ ਆਪਾਂ ਉਹ ਗੱਡੀ ਵੀ ਤੁਹਾਨੂੰ ਪ੍ਰੋਵਾਈਡ ਕਰਾ ਕੇ ਦੇਵਾਂਗੇ ਬਾਈ। ਠੀਕ ਆ ਬਾਈ। ਹਾਂਜੀ, ਤੇ ਬਾਈ ਰੇਟ ਦਾ ਦਿਨਾਂ ਦੇ ਹਿਸਾਬ ਨਾਲ ਚੱਲਦਾ ਇੱਕ ਕਿਵੇਂ ਚੱਲਦਾ? ਦਿਨਾਂ ਦੇ ਹਿਸਾਬ ਨਾਲ ਜੀ, ਇੱਕ ਦਿਨ ਦਾ ਅਲੱਗ ਰੇਟ ਆ, 3 ਦਿਨਾਂ ਦਾ ਅਲੱਗ ਪੈਕੇਜ ਆ ਜੀ, 7 ਦਿਨਾਂ ਦਾ ਅਲੱਗ ਪੈਕੇਜ ਆ, 10 ਦਿਨਾਂ ਦਾ ਅਲੱਗ ਆ ਜੀ, 15 ਦਾ ਅਲੱਗ ਆ, ਮਹੀਨੇ ਦਾ ਅਲੱਗ ਆ ਜੀ, 2 ਮਹੀਨਿਆਂ ਦਾ ਅਲੱਗ ਆ, 3 ਮਹੀਨਿਆਂ ਦਾ ਅਲੱਗ ਆ, ਉਹ ਅੱਡੋ ਅੱਡ ਆ ਜੀ। ਇੱਕ ਬਾਈ ਜਿਵੇਂ ਹੁਣ ਚਲੋ ਤੁਹਾਡਾ ਤਾਂ ਤਜਰਬਾ ਹੈ ਕੰਮ ਦੇ ਵਿੱਚ, ਪੁਰਾਣੇ ਤੁਸੀਂ ਹੈਗੇ ਹੋ, ਹਾਂਜੀ, ਜੇ ਗੱਲ ਕਰੀਏ ਵੀ ਪਹਿਲਾਂ ਜੇ ਹੁਣ ਬੁੱਕ ਕਰਦੇ ਆ ਰੇਟ ਮੇਰੇ ਹਿਸਾਬ ਨਾਲ ਹੁਣ ਠੀਕ 'ਚ ਮਿਲਦੀ ਆ, ਠੀਕ 'ਚ ਜੋ ਨਵੰਬਰ ਦਸੰਬਰ 'ਚ ਆ ਕੇ ਆਪਾਂ ਵਿਆਹਾਂ 'ਚ ਮੌਕੇ 'ਤੇ ਚੀਜ਼ ਕਹਿੰਦੇ ਆ ਉਦੋਂ ਫਿਰ ਰੇਟ ਹਾਈ ਹੋ ਜਾਂਦੇ। ਮੰਨ ਲਓ ਬਾਈ ਸਾਡੇ ਕੋਲ 10 ਕੁ ਸਕਾਰਪੀਓ ਆ, ਠੀਕ ਹੈ ਜੀ, ਜੇ 8 ਬੁੱਕ ਹੋ ਗਈਆਂ 2 ਕਰੇਗੀਆਂ, ਫਿਰ ਉਦੋਂ ਐਂ ਜੇ ਹੋ ਜਾਂਦਾ ਯਾਰ ਵੀ ਹੈ ਨਾ ਵੀ ਫੋਨ ਵਾਲੇ ਵੱਜੀ ਜਾਂਦੇ ਆ, ਵੀ ਜਿਹੋ ਜਿਹੇ ਵੱਧ ਰੇਟ ਵਾਲੀ ਜਾਂਦੀ ਆ ਉਹੋ ਜਿਹੇ ਥਾਂ ਦੇ ਦਿਓ। ਬਿਲਕੁਲ, ਜਾਂ ਫਿਰ ਐਂ ਹੁੰਦਾ ਵੀ ਕਿਸੇ ਪਾਸਿਓ ਗੱਡੀ ਪ੍ਰੋਵਾਈਡ ਕਰਾ ਕੇ ਦੇਣੀ ਪੈਂਦੀ ਆ। ਹਾਂ, ਫਿਰ ਉਹ ਮੂਹਰਲਾ ਡਿਮਾਂਡ ਜ਼ਿਆਦਾ ਕਰ ਲਾਂ, ਅਗਲਾ ਕਹਿੰਦਾ ਵੀਰ ਮੈਂ ਤਾਂ ਇਹ ਰੇਟ ਦਿਉਂ, ਉਸ ਹਿਸਾਬ ਨਾਲ ਫਿਰ ਸਿਸਟਮ। ਤਾਂ ਕੋਸ਼ਿਸ਼ ਮਤਲਬ ਸਤੰਬਰ ਮਹੀਨੇ ਦੇ ਦੋਸਤੋ ਜੇ ਬੁੱਕ ਕਰ ਲਈਏ, ਹਾਂਜੀ, ਨਵੰਬਰ ਦਸੰਬਰ 'ਚ ਜ਼ਿਆਦਾ NRI ਵੀਰ ਆਉਂਦੇ ਨੇ
ਤੇ ਉਹਨਾਂ ਲਈ ਇੱਕ ਵਧੀਆ ਆਪਸ਼ਨ ਹੈ, ਕਿਉਂਕਿ ਸੁਪਰੀਮ ਕਾਰ ਵਾਲਿਆਂ ਕੋਲ ਨਾ ਕਾਰਾਂ ਬਹੁਤ ਨੇ, ਤੁਹਾਡੀ ਜਿਹੜੀ ਮਰਜ਼ੀ ਡਿਮਾਂਡ ਹੈ। ਕਈ ਵਾਰ ਐਂ ਵੀ ਸ਼ੌਂਕ ਹੁੰਦਾ ਨਾ ਵੀ ਮੇਰੀ ਡੋਲੀ 'ਚ ਸਾਰੀਆਂ ਇੱਕੋ ਜਿਹੀਆਂ ਗੱਡੀਆਂ ਚਾਹੀਦੀਆਂ, ਉਹ ਵੀ ਪ੍ਰੋਵਾਈਡ ਕਰ ਦੇਣਗੇ, ਜਿਹੜਾ ਤੁਸੀਂ ਬ੍ਰਾਂਡ ਬੋਲਤਾ, ਜਿਹੜਾ ਤੁਸੀਂ ਮਾਡਲ ਬੋਲਤਾ, ਉੱਥੋਂ ਤੱਕ ਕੋਸ਼ਿਸ਼ ਕਰਨਗੇ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ। ਬਾਈ ਹੋਰਾਂ ਦਾ ਨੰਬਰ ਸਕਰੀਨ 'ਤੇ ਚੱਲ ਰਿਹਾ ਹੈਗਾ, ਅਤੇ ਗੱਡੀਆਂ ਤੁਸੀਂ ਦੇਖ ਸਕਦੇ ਹੋ, ਸਾਫ਼ ਕੰਡੀਸ਼ਨ ਦੇ ਵਿੱਚ ਸਾਰੀਆਂ ਹੈਗੀਆਂ ਨੇ। ਬਾਕੀ ਜੇ ਬਾਈ ਡੋਲੀ ਵਾਸਤੇ ਕਿਸੇ ਨੂੰ ਥਾਰ ਗੱਡੀ ਚਾਹੀਦੀ ਹੈ ਨਾ, ਹਾਂਜੀ ਬਾਈ, ਐਂ ਹੁੰਦਾ ਵੀ ਥਾਰ ਗੱਡੀ ਦੇ ਮੂਹਰੇ ਹਸਬੈਂਡ ਵਾਈਫ ਦੋਨੇ ਬਹਿ ਸਕਦੇ, ਹੈ ਨਾ? ਠੀਕ ਹੈ ਜੀ। ਤਾਂ ਆਪਣਾ ਬੰਦਾ ਜਾਊਗਾ ਸਵੇਰੇ, ਚਾਬੀਆਂ ਫੜਾਇਓ ਬਾਈ, ਠੀਕ ਹੈ ਜੀ। ਸ਼ਾਮ ਨੂੰ ਜਦੋਂ ਪਾਣੀ ਪੂਣੀ ਬਾਰ ਲਿਆ ਸਾਰੇ ਨਿਬੜ ਗਿਆ ਕੰਮ, ਉਦੋਂ ਬਾਅਦ ਜਾ ਕੇ ਆਪਣਾ ਬੰਦਾ ਗੱਡੀ ਲਿਆਊ। ਤੁਹਾਨੂੰ ਐਂ ਨਹੀਂ ਅਸੀਂ ਕਹਿੰਦੇ ਵੀ ਸਾਡਾ ਡਰਾਈਵਰ ਗੱਡੀ ਚਲਾਊ, ਠੀਕ ਹੈ ਜੀ, ਨਾਲ ਬੈਠੋ ਆਪਦਾ ਸ਼ੌਂਕ ਪੂਰਾ ਕਰੋ। ਅੱਜ ਕੱਲ੍ਹ ਦੇ ਮੁੰਡੇ ਆਪ ਗੱਡੀਆਂ ਚਲਾਉਣ, ਹਰੇਕ ਹੀ ਜਾਣਦਾ ਬਾਈ ਤਕਰੀਬਨ, ਬਿਲਕੁਲ ਜੀ। ਵੀ ਤੁਸੀਂ ਬਾਈ ਆਪਦਾ ਸ਼ੌਂਕ ਆਪ ਪੂਰਾ ਕਰੋ, ਆਪਦਾ ਥਾਰ 'ਤੇ ਫੁੱਲ ਲਾ ਕੇ ਲੈ ਜਾਓ, ਠੀਕ ਹੈ ਜੀ, ਵਿਆਹ ਲਿਓ ਬਾਈ। ਮਤਲਬ ਮੇਨ ਗੱਲ ਹੈ ਵੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈਗੀ, ਹਾਂਜੀ, ਤੁਸੀਂ ਬਾਈ ਹੋਰਾਂ ਨੂੰ ਦੱਸੋ, ਉਹ ਚੀਜ਼ ਪੂਰੀ ਕਰਨਗੇ, ਹਾਂਜੀ, ਕਿਉਂਕਿ ਬਹੁਤ ਜ਼ਿਆਦਾ ਜੇ ਕਹਿ ਦਈਏ ਨਾ ਵਰਾਇਟੀ ਆ ਬਾਈ ਹੋਰਾਂ ਕੋਲ, ਬਸ ਤੁਸੀਂ ਇੱਕ ਆਈਡੀਆ ਦੇਣਾ ਵੀ ਸਾਨੂੰ ਯਾਰ ਆਹ ਚੀਜ਼ ਚਾਹੀਦੀ ਆ, ਤਾਂ ਉਹ ਇਹ ਜਿਹਾ ਤੁਹਾਡੇ ਲਈ ਕੰਮ ਕਰਕੇ ਬਾਈ ਹੋਰੀ ਦੇਣਗੇ। ਤੇ ਬਾਈ ਜੀ ਨੰਬਰ ਆਪਣਾ ਕਿ ਸਕਰੀਨ 'ਤੇ ਚੱਲੂਗਾ? ਸਕਰੀਨ 'ਤੇ ਚੱਲੀ ਬੋਲਣਾ ਬੋਲ ਦਿੰਦੇ ਬਾਈ ਜੀ, 8840602359 ਬਾਈ ਨੰਬਰ ਆਪਣਾ ਜੀ, ਬਾਕੀ ਸਕਰੀਨ 'ਤੇ ਵੀ ਨੰਬਰ ਤੁਸੀਂ ਚਲਾ ਦਿਓ, ਆਪਾਂ ਨੂੰ ਕਦੋਂ ਵੀ ਕਾਲ ਕਰ ਸਕਦੇ ਜੀ। ਜੀ ਲਓ ਵੀ ਦੋਸਤੋ, ਸੁਪਰੀਮ ਕਾਰ ਬਰਨਾਲਾ ਦਾ ਨੰਬਰ ਨੋਟ ਕਰ ਲਿਓ, ਕੋਈ ਵੀ ਗੱਡੀ ਚਾਹੀਦੀ ਕੋਸ਼ਿਸ਼ ਕਰਿਓ ਪਹਿਲਾਂ ਬੁੱਕ ਕਰਨ ਦੀ। ਪਿਛਲੇ ਸਾਲ ਵੀ ਆਪਾਂ ਵੀਡੀਓ ਕਰੀਆਂ ਸੀ, ਉਦੋਂ ਨਾ ਫਿਰ ਨਵੰਬਰ ਦਸੰਬਰ 'ਚ ਆ ਕੇ ਜਦੋਂ ਰਸ਼ ਪੈ ਜਾਂਦਾ, ਉਦੋਂ ਫਿਰ ਬਾਈ ਹੋਰੀ ਆਪਣੇ ਮੂਹਰੇ ਵੀ ਇੱਕ ਤਰ੍ਹਾਂ ਦਾ ਇਹ ਗੱਲੋਂ ਕੱਚੇ ਹੋ ਜਾਂਦੇ, ਬਾਈ ਹੁਣ ਅਸੀਂ ਗੱਡੀ ਦੇਈਏ ਕਿੱਥੋਂ, ਹਾਂਜੀ ਸਾਡੇ ਕੋਲ ਹੈ ਨਹੀਂ ਗੀ, ਤਾਂ ਕੋਸ਼ਿਸ਼ ਕਰਿਓ ਜਲਦੀ ਤੁਸੀਂ ਆਪਦੀ ਟੋਕਨ ਮਨੀ ਪਾ ਕੇ ਗੱਡੀ ਬੁੱਕ ਕਰ ਲਿਓ। ਧੰਨਵਾਦ ਦੋਸਤੋ।